ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਦਾ ਸ਼ਹੀਦੀ ਦਾ ਦਿਹਾੜਾ ਮਨਾਇਆ ਗਿਆ ਅਤੇ ਮੋਦੀ ਸਰਕਾਰ ਦੇ ਖਿਲਾਫ਼, ਕਾਲੇ ਕਾਨੂੰਨਾਂ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸੁਸਾਇਟੀ ਵੱਲੋਂ ਕੇਸਰੀ ਝੰਡਾ ਵੀ ਲਹਿਰਾਇਆ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਥੁਈ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਚੌਕ ਨਾਭਾ ਵਿਖੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਅਤੇ ਸੁਸਾਇਟੀ ਵੱਲੋਂ ਕੇਸਰੀ ਝੰਡਾ ਲਹਿਰਾਇਆ ਗਿਆ ਅਤੇ ਨਾਲ ਹੀ ਕਿਸਾਨੀ ਝੰਡੇ ਵੀ ਲਹਿਰਾਏ ਗਏ ਹਨ। ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਾਡੀ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਮੈਸੇਜ ਦਿੰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਕਿਸਾਨ ਬੀਬੀ ਨੇ ਮੋਦੀ ਸਰਕਾਰ ਨੂੰ ਜ਼ਾਲਮ ਸਰਕਾਰ ਦੱਸਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਨਾਭਾ ਤੋਂ ਚੇਤਨ ਮਹਿਤਾ ਦੀ ਰਿਪੋਰਟ। ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਚਾਹੁੰਦਾ ਵੀ ਜਿਹੜੇ ਸ਼ਹੀਦੀ ਦਿਨ ਨੇ ਜਿਵੇਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਾਂ ਊਧਮ ਸਿੰਘ ਦੇ ਹੁੰਦੇ ਆ, ਇਹਨਾਂ ਨੂੰ ਨੌਜਵਾਨ ਪੀੜ੍ਹੀ ਨੂੰ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਸ਼ਹੀਦਾਂ ਨੂੰ ਭੁੱਲ ਚੁੱਕੀਆਂ ਨੇ ਸੀ, ਉਹਨਾਂ ਦੀਆਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣੀਆਂ ਸਰਕਾਰਾਂ ਭੁੱਲ ਚੁੱਕੀਆਂ ਨੇ। ਸਰਕਾਰਾਂ ਸਿਰਫ ਆਪਣੀਆਂ ਕੁਰਸੀਆਂ ਦਾ ਜਿਹੜੀ ਵੀ ਸਰਕਾਰ ਹੁੰਦੀ ਆਨੰਦ ਮਾਣਦੀ ਆ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਦੇਸ਼ ਲਈ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨਾਂ ਵਾਰ ਦਿੱਤੀਆਂ, ਉਹਨਾਂ ਨੂੰ ਸਰਕਾਰ ਅੱਜ ਯਾਦ ਨਹੀਂ ਕਰਦੀ। ਨਾ ਹੀ ਕੋਈ ਉਹਨਾਂ ਦੇ ਨਾਂ 'ਤੇ ਕਾਲਜ, ਨਾ ਕੋਈ ਸਕੂਲ, ਨਾ ਕੋਈ ਹਵਾਈ ਅੱਡਾ, ਕੁਛ ਨਹੀਂ ਬਣ ਰਿਹਾ। ਸਿਰਫ ਪਿਟੀ ਕਾਲੇ ਲੋਕਾਂ ਦੇ ਨਾਮ 'ਤੇ ਹੀ ਜਿਹੜੀਆਂ ਯਾਦਗਾਰਾਂ ਨੇ ਬਣਾਈਆਂ ਜਾ ਰਹੀਆਂ ਨੇ। ਇਸ ਦਾ ਸਾਨੂੰ ਨੌਜਵਾਨ ਪੀੜ੍ਹੀ ਨੂੰ ਬਹੁਤ ਦੁੱਖ ਆ ਕਿਉਂਕਿ ਅਸੀਂ ਵੋਟ ਪਾ ਕੇ ਚੁਣਦੇ ਹਾਂ ਵੀ ਸਾਡੇ ਦੇਸ਼ ਦੇ ਲਈ ਸਾਡੇ ਜਿਹੜੇ ਕੁਰਬਾਨ ਹੋਏ ਨੇ ਸ਼ਹੀਦ, ਉਹਨਾਂ ਨੂੰ ਸਰਕਾਰ ਯਾਦ ਕਰੂ, ਉਹਨਾਂ ਲਈ ਕੁਛ ਕੋਈ ਅਜਾਇਬ ਘਰ ਜਾਂ ਕੋਈ ਮਿਊਜ਼ੀਅਮ ਬਣਾਊਗੀ, ਪਰ ਨਹੀਂ ਬਣਾ ਰਹੀ ਸਰਕਾਰ ਨੇ। ਸਿਰਫ ਆਪਣੀਆਂ ਵੋਟਾਂ ਤੱਕ ਔਰ ਆਪਣੀ ਕੁਰਸੀ ਤੱਕ ਹੀ ਸੀਮਤ ਰੱਖਿਆ ਹੋਇਆ। ਨੌਜਵਾਨ ਪੀੜ੍ਹੀ ਨੂੰ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਇਹ ਸਿਰਫ ਹੁਣ ਮੈਨੂੰ ਇਹ ਲੱਗਦਾ ਵੀ ਨੌਜਵਾਨ ਪੀੜ੍ਹੀ ਦੀ ਹੀ ਜ਼ਿੰਮੇਵਾਰੀ ਬਣ ਗਈ, ਉਹਨਾਂ ਨੂੰ ਹੀ ਅੱਗੇ ਆ ਕੇ ਇਹਨਾਂ ਦੀਆਂ ਕੁਰਬਾਨੀਆਂ ਦਾ ਜਿਹੜਾ ਮੁੱਲ ਪਾਉਣਾ ਪਊਗਾ, ਇਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ
बच्चे बच्चे तक जिहड़े आने वाली पीढ़ी आ उहदे तक पहुँचाउणा पऊगा, क्योंकि यह जिम्मेवारी हुण जिहड़ी नौजवान पीढ़ी दे गल पै चुकी आ। मैं नौजवानों नूं अपील करदा कि तुसीं वध तों वध शहीदां दे शहीदी दिन ते जन्मदिन मनाया करो, तां जो सरकारां नूं जां जिहड़े उपर कुर्सियां दा आनंद माणन नूं पता होवे वी इहनां दे विच अज वी भगत सिंघ होरीआं वर्गा जज्बा जिहड़ी गुड़ती आ भगत सिंह होरीआं दी ही दित्ती हुई आ, वो अज तक यह नौजवान नहीं भुले। मैं पीढ़ी नूं चाहुंदा वी इस तरह याद करिया करो। शहीद भगत सिंह का शहीदी पुरब है, राजगुरु सुखदेव जिन्होंने साडे लई कुरबानियां कीतियां, असीं उहनां दी कुरबानी दे के ही आनंद माण रहे हाँ। ਇਹ ਅੱਜ ਕੱਲ੍ਹ ਦੇ ਬੱਚਿਆਂ ਨੂੰ ਜੋ ਨਸ਼ਿਆਂ 'ਤੇ ਪ੍ਰਤੀ ਹੋ ਗਏ ਨੇ, ਆਪਣੇ ਵਿਰਸੇ ਨੂੰ ਭੁੱਲ ਗਏ, ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਨੌਜਵਾਨੋ ਇਹ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦਿਓ, ਪਹਿਰਾ ਦਿਓਗੇ ਜੇ ਤੁਸੀਂ ਤਾਂ ਹੀ ਪੰਜਾਬ ਦਾ ਕਿਸਾਨ ਸਾਰਾ ਕਿਸਾਨ ਸਾਰੇ ਬਚਣਗੇ। ਕਿਉਂਕਿ ਤੁਹਾਨੂੰ ਪਤਾ ਹੀ ਹੈ ਮੋਦੀ ਸਰਕਾਰ ਜ਼ਾਲਮ ਸਰਕਾਰ ਉੱਪਰ ਬੈਠੀ ਹੈ, ਉਹ ਸਾਡੇ ਹੱਕ ਖੋਣਾ ਚਾਹੁੰਦੀ ਹੈ। ਜੇ ਅਸੀਂ ਸ਼ਹੀਦਾਂ ਦੇ ਜਨਮ ਦਿਨ ਸ਼ਹੀਦੀ ਪੁਰਬ ਸਭ ਮਨਾਵਾਂਗੇ, ਕਰਤਾਰ ਸਿੰਘ ਸਰਾਭਾ ਭਗਤ ਸਿੰਘ ਨੇ ਸਾਡੇ ਲਈ ਉਹ ਕੁਰਬਾਨੀ ਕੀਤੀ ਹੈ, ਇਸ ਕਰਕੇ ਜੇ ਅਸੀਂ ਮਨਾਵਾਂਗੇ ਉਹਨਾਂ ਨੂੰ ਯਾਦ ਰੱਖਾਂਗੇ ਤਾਂ ਹੀ ਅਸੀਂ ਅੱਗੇ ਕੁਛ ਕਰ ਸਕਾਂਗੇ, ਤਾਂ ਸਾਡੇ ਵਿੱਚ ਇਹਨਾਂ ਜ਼ਾਲਮ ਹਾਕਮਾਂ ਵਿਰੁੱਧ ਲੜਨ ਲਈ ਜਜ਼ਬਾ ਪੈਦਾ ਹੋਊਗਾ। ਸ਼ਹੀਦ ਭਗਤ ਸਿੰਘ ਦਾ ਅੱਜ ਸ਼ਹੀਦੀ ਪੁਰਬ ਹੈ, ਸਾਰਿਆਂ ਨੂੰ ਮੈਂ ਕਹਿੰਦੀ ਹਾਂ, ਬੱਚਿਆਂ ਨੌਜਵਾਨਾਂ ਨੂੰ ਸਾਰੇ ਅੱਗੇ ਹੋ, ਅਤੇ ਇੱਕ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਹਾਂ, ਕਿਉਂਕਿ ਇਹ ਚੌਂਕ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਹੋਇਆ ਪਰ ਇਸ ਦਾ ਕੋਈ ਨਾਂ ਨਹੀਂ ਲੈਂਦਾ। ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਇੱਥੇ ਕੋਈ ਅਜਿਹੀ ਉਹਨਾਂ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ ਤਾਂ ਕਿ ਸਾਰੇ ਲੋਕ ਉਹਨਾਂ ਨੂੰ ਯਾਦ ਕਰਨ, ਨੰਗਣ ਇੱਧਰੋਂ ਉੱਧਰੋਂ ਚਾਰੇ ਪਾਸੋਂ ਜਾਂ ਨੰਗਣ ਉਹਨਾਂ ਨੂੰ ਨਮਸਕਾਰ ਕਰਨ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀ ਕੀਤੀ, ਅਤੇ ਅਸੀਂ ਉਹਨਾਂ ਨੂੰ ਹਰ ਟਾਈਮ ਯਾਦ ਕਰ ਸਕੀਏ। ਇਹ ਪ੍ਰਸ਼ਾਸਨ ਕੋਲੋਂ ਮੇਰੀ ਪੂਰ ਜ਼ੋਰ ਮੰਗ ਹੈ ਵੀ ਇਸ ਚੌਂਕ ਦੇ ਵਿੱਚ ਕੋਈ ਉਹਨਾਂ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ। ਧੰਨਵਾਦ। ਸੱਚ ਲਈ ਮੇਰੇ ਪੁੱਤਰਾਂ ਨੇ ਜਦ ਹੱਕ ਕਿਸੇ ਤੋਂ ਮੰਗੇ, ਸਮੇਂ ਦੀਆਂ ਸਰਕਾਰਾਂ ਨੇ ਸਭ ਫੜ ਕੇ ਸੂਲੀ ਟੰਗੇ, ਸੱਚ ਨੂੰ ਫਾਂਸੀ ਝੂਠ ਨੂੰ ਰੁਤਬੇ ਮੈਡਲ ਤਮਗੇ ਲਾਏ, ਇੰਨੇ ਸਸਤੇ ਘਟੀਆ ਮੇਰੇ ਪੁੱਤਰਾਂ ਦੇ ਮੁੱਲ ਪਾਏ, ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ, ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ। ਅੱਜ ਤਿੰਨਾਂ ਦਾ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਨ ਹੈ, ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਜਿਸ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਦੇਸ਼ ਆਜ਼ਾਦ ਕਰਾਇਆ, ਲੇਕਿਨ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ। ਸਾਡਾ ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ 'ਤੇ ਇੱਕ ਸਾਲ ਤੋਂ ਰੁਲ ਰਿਹਾ ਹੈ, ਸਰਕਾਰਾਂ ਦੇ ਕੰਨ 'ਤੇ ਕੋਈ ਜੂਝ ਨਹੀਂ ਸਿਰਕ ਰਹੀ, ਨੌਜਵਾਨ ਬੇਰੁਜ਼ਗਾਰ ਹੋ ਰਿਹਾ ਹੈ, ਨਸ਼ੇ ਦਾ ਪਸਾਰਾ ਹੋ ਰਿਹਾ ਹੈ। ਇਹ ਸਭ ਖਤਮ ਕਰਨ ਲਈ ਸਾਨੂੰ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਧੰਨਵਾਦ।